ਫਰਨੀਚਰ ਕੈਰਲੀ ਦੇ ਅੰਗਾਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਹਰਿਦੁਆਰ ਜੰਗਲਾਤ ਵਿਭਾਗ ਨੇ ਇੱਕ ਸ਼ੱਕੀ ਜੰਗਲੀ ਜੀਵ ਤਸਕਰ ਨੂੰ ਰਾਜਸਥਾਨ ਤੋਂ ਮਾਨੀਟਰ ਕੈਰਲੀ ਦੇ 285 ਦੇ ਅੰਗਾਂ ਦੇ ਸਮੇਤ ਗ੍ਰਿਫਤਾਰ ਕੀਤਾ। ਹਰਿਦੁਆਰ ਵਣ ਮੰਡਲ ਦੇ ਡਿਵੀਜ਼ਨ ਜੰਗਲਾਤ ਅਧਿਕਾਰੀ ਵੈਬੇ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਦੀਪਕ ਗਾਰੂ ਨੂੰ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਨਵੀਂ ਦਿੱਲੀ ਤੋਂ ਮਿਲੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਹਰਿਦੁਆਰ ਵਣ ਮੰਡਲੀ ਦੀ ਟੀਮ ਨੇ ਰਾਜਸਥਾਨ ਦੇ ਸ਼ਾਹਪੁਰ ਨਗਰ ਤੋਂ ਗ੍ਰਿਫਤਾਰ ਕੀਤਾ। ਉਹਨਾਂ ਨੇ ਦੱਸਿਆ ਕਿ ਗਾਰੂ ਨੂੰ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਹਰਿਦੁਆਰ ਵਣ ਮੰਡਲ ਦੀ ਟੀਮ ਨੇ 6 ਅਗਸਤ ਨੂੰ ਇੱਕ ਤਸਕਰ ਨੂੰ ਕਾਬੂ ਕੀਤਾ ਸੀ। ਜੰਗਲਾਤ ਅਧਿਕਾਰੀਆਂ ਨੇ ਦੱਸਿਆ ਕਿ ਗਾਰੂ ਦੇ ਬਾਰੇ ਸੂਚਨਾ ਅੰਤਰਰਾਜੀ ਜੰਗਲੀ ਜੀਵ ਤਸਕਰੀ ਕਰਨ ਵਾਲੇ ਗਰੋਹ ਦੇ ਮੈਂਬਰ ਆਫਤਾਬ ਉਰਫ ਭੂਰਾ ਸਿੰਘ ਤੋਂ ਮਿਲੀ ਸੀ, ਜਿਸ ਨੂੰ ਜੰਗਲਾਤ ਵਿਭਾਗ ਨੇ ਟੀਮ ਨੇ 6 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਗ੍ਰਿਫਤਾਰ ਕੀਤਾ ਸੀ। ਉਹਨਾਂ ਨੇ ਦੱਸਿਆ ਕਿ ਆਫਤਾਬ ਦੇ ਫੋਨ ਤੋਂ ਵਟਸਐਪ ਚੈਟ ਰਾਹੀਂ ਗਾਰੂ ਨੂੰ ਟਰੇਸ ਕੀਤਾ ਗਿਆ ਹੈ।